निशान साहब, लाल किले, लाल किले की गुंबद, मैं अपना नाम ले लो, मैं चढ़ाया, सारी कौम ने चढ़ाता। एक फजर की गल है, जे दसां दिनां दे अंदर मोदी सरकार ने इस सीढ़ियां दे उत्ते मुकदमे ना वापस ले तां फिर असीं सत सिख इसे गुरुद्वारा साहब तो मोदी साहब के दफ्तर भेजांगे कि कर लो जो कुछ करना, झंडा असी चढ़ाया। लीडर ब्राह्मण मेरा आज नहीं आ सके, पर उन्होंने पंजाब के प्रधान साहब ने उन्होंने अगुवाई की। इस बार कुलदीप सिंह ने असी थोड़े सारे दे ऋणी है, सरदार कुलदीप सिंह दे ईमान सिंह ने तुहानू दस्सिया कि सिखां दे विच जात पात नहीं है, असी सारे एक हैं, असी सारियां दा आदर करदे हैं, जिहड़े रब दे विच नहीं मन्नदे उन्हां नू हिंदू धर्म कहिंदा कि ये नास्तक है, इस्लामिक धर्म भी उन्हां नू एक होर लफ्ज दे नाल कहिंदा, ईसाई भी मुसलमान काफर सद्दे है, ईसाई भी उन्हां नू अपनी बोली दे विच कुछ कहिंदे है। पर सिख धर्म दे विच असी कहिंदे है सबना जिया के इक दाता, सो कॉमरेडो थोड़ा कोई मन दाता है नहीं सवाल सब तो ਮਾਰੀ ਜੋ ਉੱਥੇ ਬਿਨਾਂ ਆਪਣੀਆਂ ਤੁਹਾਨੂੰ ਨਾ ਈਸਾਈ ਮੰਨਦੇ ਹੈ, ਨਾ ਮੁਸਲਮਾਨ ਮੰਨਦੇ ਹੈ, ਨਾ ਹਿੰਦੂ ਮੰਨਦੇ ਹੈ, ਤੇ ਕਿਉਂ ਕਰਕੇ ਅਸੀਂ ਸ਼ਾਇਦ ਛੋਟੇ ਹੈ ਥੋੜੇ ਹੈ, ਤੁਸੀਂ ਸਾਥੋਂ ਵੀ ਪਾਸੇ ਰਹਿੰਦੇ ਹੋ। 1943 ਦੇ ਵਿੱਚ ਕਾਮਰੇਡਾਂ ਦੇ ਲੀਡਰ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਖਾਲਿਸਤਾਨ ਦਾ ਮਤਾ ਪਾਸ ਕਰਤਾ ਸੀਗਾ। ਇਹ ਮਤਾ ਫਿਰ ਰੂਸ ਮੋਸਕੋ ਦੇ ਵਿੱਚ ਗਿਆ, ਇਸੇ ਖਾਲਿਸਤਾਨ ਦੇ ਮਤੇ ਨੂੰ ਰੂਸ ਦੇ ਤਾਨਾਸ਼ਾਹ ਲੀਡਰ ਸਟੈਲਿਨ ਨੇ ਪ੍ਰਮਾਣ ਕਰਤਾ। ਪਰ 1947 ਦੇ ਵਿੱਚ
ਤੁਸੀਂ ਕਾਮਰੇਡ ਹੋ, ਹਿੰਦੁੱਤਵਾਦੀ ਕੱਛ ਵਿੱਚ ਵੜ ਗਏ ਔਰ ਜਦੋਂ ਸਾਡੇ ਸਿੱਖ ਖਾਲਿਸਤਾਨ ਦੇ ਲਈ ਲੜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਅਜਿਹੇ ਬੰਦੇ ਹੈ ਜਿਹੜੇ ਸਰਕਾਰਾਂ ਨਾਲ ਟਾਕਰੇ ਦਿੰਦੇ ਹੈ ਪਰ ਤੁਸੀਂ ਕਾਮਰੇਡ ਹੋ ਹਿੰਦ ਸਰਕਾਰ ਦੀਆਂ ਮਸ਼ੀਨ ਗੰਨਾਂ ਲੈ ਕੇ ਰਾਈਫਲਾਂ ਲੈ ਕੇ ਸਾਡੇ ਸਿੱਖਾਂ ਦੇ ਉੱਤੇ ਚਲਾਈਆਂ ਤੁਸੀਂ ਇਨਕਲਾਬ ਦੇ ਕਹਿਣ ਵਾਲੇ ਭਗੌੜੇ ਹੋ ਇਨਕਲਾਬ ਤੋਂ ਇਨਕਲਾਬੀਆਂ ਦੇ ਵਿਰੁੱਧ ਤੁਸੀਂ ਸਰਕਾਰ ਦੀਆਂ ਬੰਦੂਕਾਂ ਤੇ ਮਸ਼ੀਨ ਗੰਨਾਂ ਚੱਕੀਆਂ ਸੋ ਸਾਧਕ ਸੰਗਤ ਜੀ ਜਦੋਂ ਆਪਾਂ ਦਿੱਲੀ ਜਾਈਏ ਇਹਨਾਂ ਨੂੰ ਦੱਸ ਦਿਓ ਕਿ ਤੁਸੀਂ ਤਾਂ ਹਿੰਦ ਸਰਕਾਰ ਦੀਆਂ ਬੰਦੂਕਾਂ ਤੇ ਮਸ਼ੀਨ ਗੰਨਾਂ ਚੱਕੀਆਂ ਸੀ ਸਾਡੇ ਖਿਲਾਫ ਤੁਸੀਂ ਕਾਹਦੇ ਇਨਕਲਾਬੀ ਹੋ ਬਿਲਕੁਲ ਨਹੀਂ ਹੈ ਸਟੇਟ ਦੇ ਹੱਕ ਦੇ ਵਿੱਚ ਚੱਲਦੇ ਹੋ ਮੈਂ ਆਸ ਕਰਦਾ ਕਿ ਅੱਜ ਤੋਂ ਬਾਅਦ ਸਾਡਾ ਜਿਹੜਾ ਕਿਸਾਨਾਂ ਦਾ ਜੱਦੋ ਜਹਿਦ ਚੱਲ ਰਹੀ ਹੈ ਇਹ ਹੋਰ ਭਾਵ ਫੜੂਗਾ ਔਰ ਅਖੀਰ ਦੇ ਵਿੱਚ ਸਾਡੀ ਜਿੱਤ ਹੋਊਗੀ ਕੋਈ ਵੀ ਜਿਹੜੇ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਆ ਜੱਦੋ ਜਹਿਦ ਦੇ ਵਿੱਚ ਉਹਨਾਂ ਦੇ ਖਿਲਾਫ ਗੱਲ ਕਰਨੀ ਠੀਕ ਨਹੀਂ ਹੈ ਤੁਹਾਨੂੰ ਜਦੋਂ ਪਤਾ ਕਿ ਸੰਤ ਜਗੈਦ ਸਿੰਘ ਭਿੰਡਰਾਂਵਾਲੇ ਨੇ ਅੰਤਮ ਬਟਨੇ ਹੀ ਕੀਤੇ ਸੀ ਕਿ ਜਦੋਂ ਹਿੰਦ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੇ ਆਊਗੀ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ ਉਸ ਦਿਨ ਤੋਂ ਲੱਗ ਕੇ ਅੱਜ ਤੱਕ ਅਸੀਂ ਖਾਲਿਸਤਾਨ ਦੀ ਇਮਾਰਤ ਬਣਾਈ ਜਾ ਰਹੇ ਹਾਂ ਤਕਲੀਫਾਂ ਬਹੁਤ ਹੈ ਪਰ ਤਕਲੀਫਾਂ ਨੂੰ ਦੂਰ ਕਰਦਿਆਂ ਹੋਇਆ ਜੋ ਇਹ ਇਕੱਠ ਅੱਜ ਹੈ ਇਹ ਦਿੱਲੀ ਤੇ ਜਿਹੜੇ ਸਾਡੇ ਲੀਡਰ ਕਿਸਾਨਾਂ ਦੀ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਦੇ ਤਖਤਾਂ ਦੇ ਜਥੇਦਾਰ ਸਾਹਿਬ SGPC ਤੁਸੀਂ ਲੁੱਕ ਕੇ ਨਾ ਰਹੋ ਅੱਗੇ ਆਓ ਕਹਿ ਦਿਓ ਕਿ ਇਹ ਝੰਡਾ ਜਗਰਾਜ ਸਿੰਘ ਤੇ ਭਾਈ ਜਗਤਾਰ ਸਿੰਘ ਗੁਰਜੰਤ ਸਿੰਘ ਜਗਰਾਜ ਸਿੰਘ ਤੇ ਗੁਰਜੰਤ ਸਿੰਘ ਨੇ ਨਹੀਂ ਚੜਾਇਆ ਤਖਤਾਂ ਦੇ ਜਥੇਦਾਰੋ ਕਹਿੰਦੋ ਅਸੀਂ ਚੜਾਇਆ ਹੁਣ ਅੱਗੇ ਲੱਗੋ ਅੱਗੇ ਹੁਣ ਪਿੱਛੇ ਵੇਖਣ ਦਾ ਸਮਾਂ ਨਹੀਂ ਹੈ ਕੌਮ ਨੂੰ ਲੋੜ ਹੈ ਤੁਹਾਡੀ ਸੋ ਮੈਂ ਆਸ ਕਰਦਾ ਕਿ ਜਿਹੜਾ ਐਡਾ ਵੱਡਾ ਕੱਖ ਤੁਸੀਂ ਕੀਤਾ ਇਹਦਾ ਫਲ ਕੌਮ ਨੂੰ ਮਿਲੂਗਾ ਆਪ ਜੀ ਨੂੰ ਇੱਕ ਇੱਕ ਨੂੰ ਮੈਂ ਵਧਾਈ ਦਿੰਦਾ
ਪਿਆਸ ਕਰਦੇ ਹਾਂ ਕਿ ਆਪਣੀ ਚੜ੍ਹਾਈ ਹੋਊਗੀ ਔਰ ਫਤਿਹ ਹੁਣ ਜ਼ਰੂਰ ਹੋਣੀ ਚਾਹੀਦੀ ਹੈ ਕਿਉਂ ਕਰਕੇ ਨਿਸ਼ਾਨ ਸਾਹਿਬ ਨੇ ਚੀਨ ਦੀ ਫੌਜ ਨੂੰ ਪਿੱਛੇ ਤੋਰਤਾ ਭਾਈ ਮੇਰੇ ਹਿੰਦੂ ਵੀਰੋ ਜੇ ਨਿਸ਼ਾਨ ਸਾਹਿਬ ਨੇ ਚੀਨ ਦੀ ਫੌਜ ਨੂੰ ਪਿੱਛੇ ਕਰਤਾ ਹੈ ਤੇ ਤੁਸੀਂ ਜਿਹੜਾ ਨਿਸ਼ਾਨ ਸਾਹਿਬ ਦੇ ਉੱਤੇ ਫੌਜਦਾਰੀ ਕੇਸ ਬਣਾ ਰਹੇ ਹੋ ਅਸੀਂ ਝੱਲਾਂਗੇ ਮੰਨੋ ਸਾਡੀ ਦਾਤਰੀ ਹੈ ਅਸੀਂ ਭੁੱਲੇ ਨਹੀਂ ਤੇ ਸੋ ਮੈਂ ਤੁਹਾਡਾ ਬਹੁਤ ਰਿਣੀ ਹੁੰਦਾ ਹੋਇਆ ਪਾਰਟੀ ਦਾ ਤੁਹਾਡਾ ਸਾਰਿਆਂ ਦਾ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ 19 ਅਪ੍ਰੈਲ ਨੂੰ ਆ ਰਹੀ ਹੈ ਮੇਰੀ ਬੇਨਤੀ ਹੈ ਕਿ ਉਸ ਸ਼ਤਾਬਦੀ ਦੇ ਉੱਤੇ ਸਾਰੇ ਘਰਾਂ ਦੇ ਉੱਤੇ ਆਪ ਜੀ ਹੱਥ ਜੋੜ ਬੇਨਤੀ ਹੈ ਨਿਸ਼ਾਨ ਸਾਹਿਬ ਚੜ੍ਹਾ ਦਿਓ ਜੀ ਆਇਆ ਕਹਿੰਦਾ ਆਪ ਤੋਂ ਹੁਣ ਮਾਫੀ ਮੰਗਦਾ ਤੇ ਫਤਿਹ ਅਰਜ਼ ਕਰਦਾ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ